ਅੱਛਾ ਜੀ, ਯਾਰ ਇੰਨਾ ਦਿਲ ਸਮਝਦੇ ਕਰ ਕਰ ਰਿਹਾ ਤੁਹਾਡਾ? ਮੰਮੀ ਯਾਰ ਫੇਰ ਉਹੀ ਗੱਲ, ਫੇਰ ਉਹੀ ਗੱਲ। ਉਹ ਕੁਛ ਨਹੀਂ ਬੇਬ, ਸੀਰਤ ਆਪਣੇ ਘਰ ਗੱਲ ਕਰ ਰਹੀ ਸੀ। ਉਹ ਮੰਮੀ ਗੱਲ ਥੋੜੀ ਨਾ ਹੋਈ ਕੋਈ। ਨਹੀਂ ਇੱਕ ਮਿੰਟ, ਇੱਕ ਮਿੰਟ ਯਾਰ, ਇੱਕ ਮਿੰਟ ਗੱਲ ਸੁਣੇਗੀ ਮੇਰੀ? ਅੱਜ ਦੀਦੀ ਹੋਣੀ ਨਾ ਹੁੰਦੇ ਕਿਹਨੇ ਰੱਖਣਾ ਸੀ ਮੈਨੂੰ ਇੱਥੇ? ਦੇ ਜਵਾਬ ਹੁਣ। ਉਦੋਂ ਤਾਂ ਬੜੀ ਤੇਰੀ ਭੂਆ ਭੂਆ ਸੀ, ਕਿੱਧਰ ਗਈ ਹੁਣ ਭੂਆ? ਬੋਲਦੀ ਨੀ ਹੁਣ? ਨਹੀਂ ਮਾਤਾ, ਮੇਰੀ ਗੱਲ ਸੁਣ ਲਾ ਪਹਿਲਾਂ। ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਹੁਣ ਮੇਰੇ ਲਈ ਕੋਈ ਭੂਆ ਨਹੀਂ ਹੈਗੀ, ਸੁਣ ਗਿਆ? ਬਸ ਗੱਲ ਮੁੱਕ ਗਈ, ਹੁਣ ਮੈਨੂੰ ਵਾਰੀ ਵਾਰੀ ਕਾਲ ਨਾ ਲਾਈ। ਬੇਬੀ ਵੁੱਡ ਯੂ ਮਾਈਂਡ, ਮੈਂ ਤੁਹਾਨੂੰ ਥੋੜੀ ਦੇਰ ਬਾਅਦ ਕਾਲ ਕਰਾਂ? ਕਾਲ ਨਾ ਆ ਜੇ। ਹਾਂਜੀ ਓਕੇ, ਚਲ ਠੀਕ ਹੈ, ਬਸ ਓਕੇ, ਬਾਏ ਬਾਏ। ਯਾਰ ਕੀ ਹੋਇਆ? ਕੁਛ ਨਹੀਂ ਯਾਰ, ਮੰਮੀ ਹੋਣੀ ਬਸ। ਓਹੋ ਸੀਰਤ, ਵਾਈ ਯੂ ਸੋ ਵਰਡ? ਇੰਨੀ ਕਾਹਦੀ ਟੈਨਸ਼ਨ ਆ, ਮੈਂ ਹੈਗੀ ਆ ਨਾ। ਤੂੰ ਕੱਲੀ ਨਹੀਂ ਆ ਜਿਹਦੇ ਨਾਲ ਇਹ ਸਭ ਹੋਇਆ, ਹੋਰ ਵੀ ਬਹੁਤ ਨੇ। ਤੇ ਅੱਜ ਜਿਹੜੇ ਮੁਲਕ 'ਚ ਤੂੰ ਰਹਿ ਰਹੀ ਆ ਨਾ, ਇੱਥੇ ਤੁਹਾਡਾ ਸਕਾ ਸਕਾ ਕੋਈ ਨਹੀਂ। ਅੱਜ ਜਿੰਨੇ ਸਾਲੇ ਰਿਸ਼ਤੇਦਾਰ ਨੇ, ਇੱਕ ਨੰਬਰ ਦੇ ਭੈਣ ਚੋਦ ਨੇ। ਇਹਨਾਂ ਤੋਂ ਜਿੰਨਾ ਦੂਰ ਰਹੇਗੀ ਬੈਟਰ ਰਹੇਗੀ। ਹਾਂ ਵੈਸੇ ਸਾਰੇ ਮਾੜੇ ਨਹੀਂ, ਪਰ ਜਿੰਨੇ ਤੁਹਾਡੇ ਸਕੇ ਨੇ। ਮੈਨੂੰ ਹੀ ਦੇਖ ਲਾ, ਸੈਟ ਮੀ ਐਨ ਐਗਜ਼ਾਮਪਲ। ਐਸ਼ ਕਰ, ਲਾਈਫ ਇੰਜੋਏ ਕਰ। ਵਾਈ ਯੂ ਬੀਂਗ ਸੋ ਸਟੂਪਿਡ? ਕਮ ਔਨ, ਉੱਠ ਜਾ ਕੇ ਫਰੈਸ਼ ਹੋ ਜਾ। ਠੀਕ ਆ, ਓਕੇ ਉੱਠ। ਅਤੇ ਮੈਂ ਪੀਜ਼ਾ ਔਡਰ ਕੀਤਾ, ਉਹ ਕਦੇ ਵੀ ਆਉਂਦਾ ਹੀ ਹੋਣਾ। ਆਲਸੋ ਮੈਂ ਤੇਰੀ ਜੋਬ ਦੀ ਵੀ ਗੱਲ ਕੀਤੀ ਸੀ, ਤੂੰ ਪਲੀਜ਼ ਕੱਲ੍ਹ ਜਾ ਕੇ ਉਹਨਾਂ ਨੂੰ ਮਿਲੇ। ਓਕੇ ਗੁੱਡ, ਉੱਠ ਹੁਣ। ਹਾਂ ਯਾਰ ਬਸ, ਬਾਕੀ ਤਾਂ ਸਭ ਸਹੀ ਚੱਲੀ ਜਾਂਦਾ, ਬਸ ਆਹੀ ਚੀਜ਼ ਦੀ ਸਮਝ ਨਹੀਂ ਲੱਗਦੀ ਪਈ ਕਿ ਕੀ ਕਰੀਏ ਹੁਣ। ਜੇ ਕਾਲਜ ਬਦਲੇਗਾ ਯਾਰ, ਘਰੇ ਤਾਂ ਦੱਸਣਾ ਹੀ ਪੈਣਾ। ਹੁਣ ਫੀਸ ਭਰਨੀ ਆ, ਹੋਰ ਖਰਚੇ ਆ, ਨਾਲੇ ਕਹੀ ਨਾ ਘਰੇ ਨਹੀਂ ਦੱਸਣਾ ਗਾ, ਕਿੱਥੋਂ ਕਰ ਲਏਗਾ ਤੂੰ ਆਪ? ਤੂੰ ਉਹਦੀ ਟੈਨਸ਼ਨ ਕਿਉਂ ਲੈਣਾ? ਭੂਆ ਨਾਲ ਗੱਲ ਹੋ ਗਈ ਸੀ, ਉਹ ਕਹਿੰਦੀ ਮੈਂ ਆਪੇ ਕਰ ਦੂੰਗੀ। ਹੋਰ ਦੱਸ ਕੀ ਚਾਹੀਦਾ ਆਪਾਂ ਨੂੰ? ਉਹ ਬਾਕੀ ਜੀ ਆਈ ਸੀ ਵੀ ਪਈ ਆ ਹਜੇ, ਔਖਾ ਸੌਖਾ ਕਰ ਲੂੰਗਾ ਕੋਈ ਨਾ। ਉਹ ਕਰ ਤਾਂ ਤੂੰ ਲਵੇਂਗਾ, ਪਰ ਤੇਰੀ ਉਹ ਗੰਦੀ ਆਦਤ ਹਟਦੀ ਨਹੀਂ ਯਾਰ। ਇੱਕ ਥਾਂ 'ਤੇ ਟੈਕ ਨਹੀਂ ਕਦੇ ਕਰਨਾ ਆਉਂਦਾ ਤੂੰ ਕੁਛ। ਕੀ ਹੋ ਗਿਆ ਸੀ ਕਾਲਜ ਨੂੰ ਇਸ ਨੂੰ? ਆਪਦਾ ਪੜ੍ਹ ਅਤੇ ਪੀ ਆਰ ਹੋਣ ਦੀ ਗੱਲ ਕਰ ਯਾਰ। ਠੀਕ ਆ ਤੇਰੀ ਗੱਲ ਵੀ, ਪਰ ਸੋਚ ਕੇ ਦੇਖ ਯਾਰ, ਉਨੀ ਫੀਸ ਸਾਲੀ ਉੱਧਰ ਭਰਨੀ ਆ ਜਾਂ ਫਿਰ ਮੈਂ ਕੀ ਕਰ ਲੂੰਗਾ? ਹੱਥ 'ਚ ਘੱਟੋ ਘੱਟ ਕੋਈ ਨਾ ਕੋਈ ਤਾਂ ਸਕਿੱਲ ਆਊਗੀ ਨਾ, ਨਾਲੇ ਤੈਨੂੰ ਵੀ ਪਤਾ ਕੈਂਡ ਆਫ ਤੁਹਾਡੇ ਆਪ ਕਰਨੀ ਤਾਂ ਐਕਟਿੰਗ ਆ। ਮੈਨੂੰ ਆਇਆ ਵੀ ਜੇ ਕੈਮਰੇ ਦੇ ਪਿੱਛੇ ਜਾਣਾ ਤਾਂ ਸਾਲਾ ਅੱਗੇ ਆਉਣਾ ਸੌਖਾ ਹੋ ਜਾਊਗਾ। ਦਿਹਾੜੀਆਂ ਦਿਹੁੜੀਆਂ ਨਹੀਂ ਹੋਣੀਆਂ ਮੇਰੇ ਤੋਂ। ਦਿਹਾੜੀਆਂ ਇਕੱਲਾ ਕਰਦਾ ਯਾਰ, ਸਾਰੇ ਕਰਦੇ ਦਿਹਾੜੀਆਂ, ਦਿਹਾੜੀਆਂ ਵਾਲੀ ਕਿਹੜੀ ਗੱਲ ਹੈ ਇਹਦੇ 'ਚ? ਫੁੱਦੂ ਆ ਜਿਹੜੇ ਕਰਦੇ ਆ, ਸਾਰਾ ਕੁਛ ਹੁੰਦਾ ਵਾ, ਤਾਂ ਬਿਨਾਂ ਗੱਲਾਂ ਗੋਡੇ ਘਸਾਈ ਜਾਂਦੇ ਆ। ਮੈਂ ਨਹੀਂ ਯਾਰ ਆਪਦੀ ਲਾਈਫ ਇਹੋ ਜਿਹੀ ਚਾਹੁੰਦਾ ਕਿ 60-65 ਸਾਲ ਦਾ ਹੋ ਕੇ ਵੀ ਬੇਰੀ ਤੁੜੀ ਜਾਵਾਂ। ਕਾਹਦੇ ਲਈ ਯਾਰ? ਉਹ ਯਾਰ ਠੀਕ ਆ, ਪਰ ਤੂੰ ਮੰਨਣੀ ਤਾਂ ਹੁੰਦੀ ਨਹੀਂ ਕਿਸੇ ਦੀ, ਕਰਨੀ ਤੂੰ ਆਪਦੀ ਮਰਜ਼ੀ ਹੋਈ ਆ। ਫਿਰ ਵੀ ਮੈਂ ਤੈਨੂੰ ਕਹਿਣਾ ਬਈ, ਘਰ ਦੇ ਹਾਲਾਤਾਂ ਨੂੰ ਦੇਖ ਕੇ ਜਿਵੇਂ ਵੀ ਜੋ ਵੀ ਕਰੀ, ਸੋਚ ਸਮਝ ਕੇ ਕਰੀ, ਧਿਆਨ ਨਾ ਕਰੀ, ਕਿਸੇ ਯੱਬ 'ਚ ਨਾ ਪੈ ਜਾਈ ਬਸ। ਠੀਕ ਆ ਨਾ? ਕੋਈ ਨਾ,
ਦਿਹਾੜੀ ਲਾਉਣਾ ਤਾਂ ਚੰਗਾ ਹੀ ਹੋ। ਠੀਕ ਆ ਯਾਰ ਚੱਲ ਬਾਅਦ ਚੋਂ ਕਰਦਾ, ਠੀਕ ਆ ਮੈਂ ਰੋਟੀ ਬਣਾ ਲਾ। ਠੀਕ ਆ, ਓਕੇ ਓਕੇ। ਧੁੱਪ ਬੜੀ ਸੋਹਣੀ ਲੱਗੀ ਅੱਜ ਇੰਡੀਆ ਵਾਂਗੂ। ਬਾਈ ਨੂੰ ਗੱਲ ਸੁਣਾਓ ਵਾਲੀ, ਫੈਮਿਲੀ ਵਾਲੀ ਸੁਣਾ। ਸੁਣਾ ਦੇ ਬਾਈ, ਗੱਲਾਂ ਏਦਾਂ ਨਹੀਂ ਆਉਂਦੀਆਂ ਸਾਲਿਓ। ਪਹਿਲਾਂ ਛੁੱਦੀਆਂ ਚੜੀਆਂ ਬੂਟੀਆਂ ਬਹੁਤ ਕੁਛ ਖਾਣਾ ਪੈਂਦਾ, ਗੱਲਾਂ ਫਿਰ ਦੇਖਿਓ ਆਉਂਦੀਆਂ। ਆਹ ਕੀ ਆ ਸ਼ਾਵਾ ਤੇਰੇ? ਇਹ ਚਾਵਣ ਪਲਾਸ ਆ, 18 ਪਲੱਸ ਚਾਵਣ ਪਲਾਸ। ਖਾ ਕੇ ਦੇਖ ਬਾਈ, ਹੁਣ ਟੈਨਸ਼ਨ ਹੋ ਜਾਣੀ ਹੈ। ਕੋਈ ਟੈਨਸ਼ਨ ਹੈ ਹੀ ਨਹੀਂ ਯਾਰ, ਕੋਈ ਨਵਾਂ ਆਇਆ ਰੰਗੀਲੇ ਨੂੰ ਨੀ ਪਚਦੀ, ਟੱਟੀਆਂ ਲੱਗ ਜਾਂਦੀਆਂ ਨੇ, ਮੈਦਾ ਮਾੜਾ ਨਾ ਇਹਦਾ। ਸਾਲੇ ਉਹ ਕੀ ਬਕਵਾਸ ਮਾਰੀ ਜਾਂਦੇ ਹੋ, ਸ਼ੇਰ ਸੁਣੋ। ਸੁਣਾ, ਹੁਣੀ ਤਾਜ਼ਾ ਤਾਜ਼ਾ ਲਿਖਿਆ। ਗੱਲ ਛੱਡ, ਪਹਿਲਾਂ ਸੀਨ ਸਾਫ਼ ਕਰ। ਸਾਲੇ ਸ਼ੇਰ ਸੁਣਾਉਣਾ, ਚੱਲ ਯਾਰ ਚੱਲ ਸੁਣਾ ਯਾਰ, ਸੁਣਾ ਤੂੰ ਛੱਡ, ਕੋਈ ਗੱਲ ਨੀ ਸੁਣਾ। ਉਹ ਹੁਣ ਸੁਣਾ ਦੇ, ਹੁਣ ਨੀ ਕਰਦੇ, ਚੱਲ ਹੋ ਗਿਆ। ਉਹ ਭੈਣ ਜੀ ਘਰੋਂ ਰੁਮਾਲ ਲਿਆਇਆ ਕਰ, ਹੋ ਗਿਆ ਚੱਲ। ਹਮ ਖਵਾਬੋ ਮੈਂ ਉਨਕੇ ਸੋਫੇ ਤੇ ਪਿਆ ਰਹਿੰਦਾ ਸਾਰੀ ਜਿਹੜੀ ਵੋ ਦਿਲ ਮੇ ਰਹਤੇ ਹੈ ਹਮ ਖਵਾਬੋ ਮੇ ਉਨਕੇ ਵੋ ਸਵਾਲੋ ਮੇ ਰਹਤੇ ਹੈ ਹਮ ਜਵਾਬੋ ਮੇ ਉਨਕੇ। ਬਾਤ ਰੇ ਬਾਤ ਰੇ ਬਾਤ ਰੇ ਜਮੇ ਪੂਰਤੀ ਇੱਕ ਦਾ ਹੋਰ ਆਉਣ ਦੇ, ਇੱਕ ਹੋਰ ਹੋ ਜੇ, ਇੱਕ ਹੋਰ ਹੋ ਜੇ। ਲੈ ਆ ਗਿਆ ਫਿਰ ਵੋ ਆਂਖੇ ਘੁਮਾ ਕਰ ਚਲੇ ਗਏ ਵੋ ਆਂਖੇ ਘੁਮਾ ਕਰ ਚਲੇ ਗਏ ਔਰ ਹਮ ਦੇਖਤੇ ਰਹਿ ਗਏ। ਹੋ ਵੀ ਸਕਦਾ ਵੋ ਆਂਖੇ ਘੁਮਾ ਕਰ ਚਲੇ ਗਏ ਹਮ ਦੇਖਤੇ ਰਹਿ ਗਏ ਵੋ ਕਿਸੀ ਔਰ ਕੀ ਗਾੜੀ ਮੇ ਗੁੰਮਾ ਘਾਟੀ ਕਰ ਰਹੇ ਹੈ ਹਮ ਮੋਟਰਸਾਈਕਲ ਪਰ ਖੜੇ ਦੇਖਤੇ ਰਹਿ ਗਏ।
ਸੋਚਿਆ ਸੀ ਕੈਨੇਡਾ 'ਚ ਇਹੋ ਜਿਹੇ ਫੁੱਦੂ ਹੋਣਗੇ। ਇਹ ਲਾਸਟ ਫੁੱਦੀ ਆਇਆ ਕੈਨੇਡਾ 'ਚ। ਜੇ ਸਾਲਿਆ ਸ਼ਾਹਜਹਾਨ ਜਿਉਂਦਾ ਹੁੰਦਾ ਨਾ, ਤੇਰੇ ਹੱਥ ਬਣਾਉਣੇ ਹੀ ਚਵਲਾਂ ਲਿਖਦਾ ਰਹਿੰਦਾ ਸਾਲਾ। ਵਿੱਚ ਭਈਆ ਕਿੱਥੋਂ ਆ ਗਿਆ ਸੀ? ਮੈਨੂੰ ਤਾਂ ਪਹਿਲਾਂ ਹੀ ਤੇਰੇ 'ਤੇ ਸ਼ੱਕ ਰਹਿੰਦੀ ਹੈ। ਇੱਕ ਹੋਰ ਸੁਣੋ ਫਿਰ, ਇਦੂ ਬਾਅਦ 'ਚ ਆਪੇ ਚੱਲ ਜੀ ਜੇ ਨਾ ਪਸੰਦ ਆਇਆ। ਚੱਲ ਬੰਬ, ਮੈਂ ਕਿਹਾ ਭੈਣ ਚੋਂ ਬੰਬ ਬੁਲਾ ਦਿਆਂਗੇ। ਓਕੇ ਚੱਲ ਸੁਣਾ। ਵੋ ਓ ਲੁਕ ਲੁਕ ਕਰ ਦੇਖਤੇ ਹੈ ਹਮੇ, ਯਾਨੀ ਕਿ ਛਿਪ ਛਿਪ ਕੇ। ਤੈਨੂੰ ਸਾਲੇ ਦੱਸੋ ਲੁਕਦੇ ਆ, ਲੁਕ ਲੁਕ ਕਰ ਦੇਖਤੇ ਨਹੀਂ। ਵੋ ਲੁਕ ਲੁਕ ਕਰ ਦੇਖਤੇ ਹੈ ਹਮੇ, ਕਿ ਹਮ ਕਿਆ ਕਰ ਰਹੇ ਹੈ। ਰੰਗੀਲਾ ਟੱਟੀ ਕਰ ਰਿਹਾ। ਚੱਲ 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 ਯਾਰ ਚੱਲ। ਹਾਂ ਹਾਂ ਚੱਲ 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 ਤੂੰ ਚੱਲ। ਵੋ ਲੁਕ ਲੁਕ ਕਰ ਦੇਖ ਰਹੇ ਹੈ ਹਮੇ, ਕਿ ਕਿਆ ਕਰ ਰਹੇ ਹੈ। ਉਹਨੇ ਕੈਸੇ ਬਤਾਏ, ਉਹਨੇ ਕੈਸੇ ਬਤਾਏ ਆ ਹੁਸੈਨ ਰੰਗੀਲੇ, ਕਿ ਹਮ ਉਨ ਪੇ ਮਰ ਰਹੇ ਹੈ। ਤੇਰੇ ਵਰਗੇ 10-12 ਹੋਰ ਮਰ ਜਾਣ। ਚੱਲ ਨਿਕਲ ਇੱਥੋਂ, ਆ ਜੋੜੇ ਹੱਥ ਬਾਈ, ਸਾਨੂੰ ਬਖਸ਼ ਜਾ ਲੈਣ ਦੇ। ਭੈਣ ਚੋਦੋ ਸਾਲਿਓ, ਤੁਹਾਨੂੰ ਕਲਾ ਹੀ ਨਹੀਂ ਕਦਰਦੀ, ਮਰੋ ਭੈਣ ਚੋ ਪਰਾ। ਓ ਯਾਰ ਝੋਲਾ ਰਹਿ ਗਿਆ, ਓਏ ਝੋਲਾ ਰਹਿ ਗਿਆ ਤੇਰਾ, ਓਏ ਤੇਰਾ ਵੀ ਰਹਿ ਗਿਆ ਸਾਲਿਓ। ਵੀ ਮੈਂ ਕਾਦੀ ਚੜੀ ਇਹਨਾਂ ਨੂੰ ਪਈ ਆ, ਤੂੰ ਮੇਰਾ ਫੋਨ ਵੀ ਫੜਾਈ। ਕਿੱਥੇ ਆ ਦੇਖੀਏ, ਲਓ ਜੀ ਭੈਣ ਚੋ ਬਾਂਦਰ ਸਾਲੇ, ਤੂੰ ਲਿਆ ਆਪਾਂ ਖਾਈਏ। ਤੂੰ ਸਾਲਿਆ ਉਦੋਂ ਮੰਗੀ ਨੀ, ਫਿਰ ਥੋੜਾ ਜਿਹਾ ਹੁੰਦਾ ਤੂੰ ਨੀ ਬਹੁਤ ਦੂਰ ਆਂ। ਮੰਮੀ ਥੋੜੇ ਬਿਮਾਰ ਹੋ ਗਏ ਸੀਗੇ ਇਸ ਕਰਕੇ। ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਨਾ ਉਹਦੇ ਆਉਂਦੇ ਆ ਫਾਈਨ, ਬਟ ਐਨੀ ਹਾਉ ਮੈਂ ਉਹਨਾਂ ਨੂੰ ਮਿਲਣ ਆਉਂਗੀ। ਯਾ ਓਕੇ, ਐਨੀਵੇਜ਼ ਦਿਸ ਇਜ਼ ਸੀਰਤ। ਹਾਈ ਸੀਰਤ, ਦਿਸ ਇਜ਼ ਏਕਮ, ਨਾਈਸ ਟੂ ਮੀਟ ਯੂ। ਨਾਈਸ ਟੂ ਮੀਟ ਯੂ ਟੂ। ਹੋਰ ਫਿਰ ਬਾਕੀ ਸਭ ਕਿਵੇਂ ਚੱਲ ਰਿਹਾ? ਯਾ ਆਲ ਗੁੱਡ, ਹਾਊਸ ਵਰਕ? ਯਾ ਹਾਇਰਡ ਸਮ ਨਿਊ ਪੀਪਲ। ਆਈ ਸੀ, ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਯੂ ਨੀਡ ਟੂ ਹਾਇਰ ਨਿਊ ਪੀਪਲ, ਪਰ ਤੂੰ ਮੇਰੀ ਗੱਲ ਨਹੀਂ ਸੁਣ। ਮੈਂ ਚੱਲਦੀ ਹਾਂ, ਮੇਰੀ ਕਲਾਸ ਆ, ਮਿਸ ਨਾ ਹੋ ਜਾਏ। ਓਕੇ ਯਾ ਸੀ ਯਾ, ਬਾਏ ਬਾਏ। ਵਾਟ ਆਰ ਯੂ ਲੁਕਿੰਗ ਐਟ? ਨਮੀਆਂ ਹੀ ਲੱਗਦੀ ਮੈਨੂੰ। ਯਾ ਸਿਆਣੀ ਆ ਉਹ, ਉੱਤੇ ਨਾ ਨਜ਼ਰਾਂ ਰੱਖੀ। ਤੈਨੂੰ ਮੈਂ ਕਿਹੜੇ ਪਾਸੇ ਕਮਰਾ ਲੱਗਦਾ? ਹਰ ਪਾਸਿਓਂ। ਮੇਰੀ ਗੱਲ ਸੁਣ, ਮੈਨੂੰ ਨਾ ਕਹੀਂ ਹੁਣ ਉਹਨਾਂ ਗੱਲ ਕਰਨ ਨੂੰ। ਗੱਲ ਕਰਾਂ ਤੇ ਪਲੀਜ਼, ਨਵੀਂ ਆ। ਮੈਂ ਨਹੀਂ ਕਰ ਸਕਦੀ ਯਾਰ, ਤੂੰ ਤੂੰ ਤੰਗ ਨਾ ਕਰ, ਸਮੋਕ ਕਰੇਗਾ। ਚੱਲ ਹਾਂ। ਹੈਲੋ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਵਧੀਆ ਵਧੀਆ ਫਤਿਹ, ਤੂੰ ਸੁਣਾ ਕੀ ਹਾਲ ਆ? ਹਾਂਜੀ ਵੀਰੇ ਵਧੀਆ। ਵੀਰੇ ਮੈਂ ਨਾ ਉਹ ਚੈੱਕ ਦਾ ਪੁੱਛਣਾ ਸੀ ਜੀ, ਬਣ ਗਈ ਸੀ ਉਹ, ਘਰੇ ਕਾਫੀ ਜ਼ਿਆਦਾ ਲੋਡ ਸੀ ਜੀ। ਫਤਿਹ ਯਾਰ ਮੈਂ ਨਾ ਥੋੜ੍ਹਾ ਸੁੱਤਾ ਜਿਹਾ ਫਸਿਆ ਇੱਥੇ, ਮੈਂ ਇੱਕ ਦੋ ਦਿਨ 'ਚ ਕਰ ਦਿੰਦਾ।
ਅੱਛਾ ਠੀਕ ਆ ਵੀਰੇ, ਅਤੇ ਵੀਰੇ ਉਹ ਮੈਂ ਕਹਿਣਾ ਸੀ ਨਾ ਸੈਟਰਡੇ ਸੰਡੇ ਮੇਰੇ ਘੰਟੇ ਵੀ ਜ਼ਿਆਦਾ ਲੱਗੇ ਸੀਗੇ, ਉਹ ਵੀ ਵਿੱਚ ਹੀ ਪਾ ਦਿਓ। ਹਾਂ ਹਾਂ ਘੰਟਿਆਂ ਦਾ ਕੋਈ ਚੱਕਰ ਨਹੀਂ, ਤੂੰ ਮੈਨੂੰ ਭੇਜ ਦੇਈਂ ਆਪਣੇ ਘੰਟੇ ਲੈ ਕੇ ਸੈਂਡ ਕਰ ਦੇਈਂ ਅਤੇ ਆਪਾਂ ਫਿਰ ਉਸ ਹਿਸਾਬ ਨਾਲ ਦੇਖ ਲਾਂਗੇ। ਠੀਕ ਆ ਵੀਰੇ, ਥੈਂਕ ਯੂ ਵੀਰੇ। ਓਕੇ ਬਦੇ। ਹਾਂਜੀ ਕੀ ਹੋਇਆ, ਤੂੰ ਢਿੱਲਾ ਜਿਹਾ ਮੂੰਹ ਬਣਾਇਆ? ਕੁਛ ਨਹੀਂ ਯਾਰ, ਇੱਕਮ ਫੋਨ ਹੀ ਨਹੀਂ ਉਠਾ ਰਹਾ, ਮੁਝੇ ਬਹੁਤ ਟੈਨਸ਼ਨ ਹੋ ਰਹੀ ਹੈ, ਬਰਥਡੇ ਕੇ ਦਿਨ ਕੇ ਬਾਅਦ ਉਸਸੇ ਬਾਤ ਹੀ ਨਹੀਂ ਹੋਈ ਹੈ। ਅਰੇ ਤੂੰ ਐਵੇਂ ਟੈਨਸ਼ਨ ਨਾ ਲੈ, ਕਈ ਵਾਰ ਬੰਦਾ ਬਿਜ਼ੀ ਵੀ ਹੁੰਦਾ ਆ, ਐਵੇਂ ਨਾ ਸੋਚ ਇੰਨਾ, ਜਦੋਂ ਫ੍ਰੀ ਹੋਊਗਾ ਨਾ ਆਪੇ ਕਰ ਲੂਗਾ। ਉਹ ਤੂੰ ਠੀਕ ਹੈ, ਪਰ ਮਨ ਹੀ ਨਹੀਂ ਲੱਗ ਰਿਹਾ, ਬਹੁਤ ਨੈਗੇਟਿਵ ਥਾਟਸ ਆ ਰਹੇ, ਸਮਝ ਹੀ ਨਹੀਂ ਆ ਰਿਹਾ ਕਿਆ ਕਰੂੰ। ਉਹ ਕਮਲੀਏ ਐਵੇਂ ਨੈਗੇਟਿਵ ਨਾ ਹੋ, ਦੁਨੀਆ ਜਿੱਤਣੀ ਆ ਨਾ ਤਾਂ ਪੋਜ਼ਿਟਿਵ ਰਹਿ, ਐਵੇਂ ਨਾ ਤੂੰ ਇੰਨਾ ਸੋਚਿਆ ਕਰ। ਅਤੇ ਹਾਂ ਉਹ ਪੀਜ਼ੇ ਬਣਾ ਲਓ, ਆਰਡਰ ਆਏ ਉਹਨੇ। ਸਾਹੂਆ ਯਾਰ, ਸ਼ੀ ਇਸ ਨਾ ਗਨ ਬੀ ਵਿਦ ਯੂ, ਸਮਝਿਆ ਕਰ, ਗੱਲ ਨਹੀਂ ਬਣਨੀ। ਯਾਰ ਜੇ ਤੂੰ ਗੱਲ ਕਰੇਂਗੀ ਹੈ ਨਾ, ਇਟਸ ਅ ਡਿਫਰੈਂਟ ਥਿੰਗ, ਇਫ ਆਈ ਸੇ ਸਮਥਿੰਗ ਸ਼ੀ ਗਨ ਫੀਲ ਬੈਡ, ਸੋ ਯੂ ਕੈਨ ਡੂ ਦੈਟ। ਯਾਰ ਇਟਸ ਨਾਟ ਅਬਾਊਟ ਮੀ ਟਾਕਿੰਗ ਟੂ ਹਰ, ਇਟਸ ਅਬਾਊਟ ਹਰ ਕਨਵਿੰਸਿੰਗ, ਉਹਨੇ ਨਹੀਂ ਮੰਨਣਾ। ਵਾਈ? ਕੱਲ ਆਈਆ ਜੇ ਉਹ ਇੰਡੀਆ ਤੋਂ, ਵਾਟ ਆਰ ਯੂ ਐਕਸਪੈਕਟਿੰਗ, ਸ਼ੀ ਇਸ ਜਸਟ ਗਨ ਸੀ ਯੂ ਐਂਡ ਬੀ ਲਾਈਕ ਓ ਯਾ ਆਈ ਲਾਈਕ ਹਿਮ, ਨਾ ਇਟਸ ਨਾਟ ਗਨ ਹੈਪਨ, ਬਸ ਕਰ। ਕਿਵੇਂ ਕਿਵੇਂ ਦੀਆਂ ਗੱਲਾਂ ਕਰ ਰਹੇ ਆ, ਪਹਿਲਾਂ ਸਭ ਸਾਬ ਹੁੰਦੀਆਂ ਨੇ, ਹਜੇ ਹੁਣ ਆਈ ਨਾ, ਦੇਖ ਲਈ ਤੇਰੇ ਸਾਹਮਣੇ ਹੀ ਹੈ। ਤੇ ਫਿਰ ਮੈਂ ਕੀ ਕਰਾਂ ਯਾਰ, ਜੇ ਸਾਡੀ ਵਧੀਆ ਨਹੀਂ ਵੀ ਮੈਂ ਵਿਆਹ ਵੀ ਕਰਾ ਲੂੰਗਾ ਯਾਰ। ਵਿਆਹ ਤੇ ਤੂੰ? ਹਾਂ ਫੁੱਕ ਰਿਹਾ, ਓ ਗੋਡ। ਚੱਲ ਮੇਰੇ ਵੱਲੋਂ ਤੈਨੂੰ ਆਈਫੋਨ ਪੱਕਾ। ਆਈਫੋਨ? ਯੂ ਸ਼ੋਰ? ਆਈ ਲਵ ਦਿਸ ਡੀਲ। ਤੁਹਾਨੂੰ ਹਰ ਰੋਜ ਗੋਭੀ ਖਵਾਇਆ ਕਰੂ ਬਣਾ ਕੇ, ਉਹਦੇ ਨੂੰ ਤੇਰੀ ਨਾਂ ਲੱਭ ਲੈਣੀ ਆ, ਫਿਰ ਦੋਵੇਂ ਉਹ ਤੇ ਖਾਇਆ ਕਰਾਂਗੇ। ਠੀਕ ਹੈ। ਤੇ ਪੁੱਤ ਮੈਂ ਨਾ ਤੈਨੂੰ ਪੁੱਛਣਾ ਸੀਗਾ,
ਤੇਰੀ ਚੈੱਕ ਆ ਗਈ? ਜੇ ਤੇਰੀ ਚੈੱਕ ਆ ਗਈ ਸੀ ਤਾਂ ਥੋੜੇ ਜਿਹੇ ਪੈਸੇ ਭੇਜ ਦਿੰਦਾ। ਉਮਾ ਤਾਂ ਚੈੱਕ ਤਾਂ ਆ ਗਈ ਸੀਗੀ, ਉਹ ਯਾਰ ਬੈਂਕ ਵਾਲਿਆਂ ਨੇ ਹੋਲਡ ਤੇ ਪਾਤੀ। ਤੂੰ ਬੇਫਿਕਰ ਹੈ, ਮੈਂ ਕੱਲ ਨੂੰ ਭੇਜ ਦੂੰ ਰਲ ਚ। ਕੋਈ ਨਾ, ਚੱਲ ਫਿਰ ਕੋਈ ਨੀ, ਕੱਲ ਨੂੰ ਤੂੰ ਯਾਦ ਨਾ ਪਾ ਦੀ। ਹਾਂ ਹਾਂ ਕੋਈ ਨਾ, ਭੇਜ ਦੂੰਗਾ। ਹੋਰ ਕਾਲਜ ਕਿਵੇਂ ਚੱਲਦਾ ਤੇਰਾ? ਕਾਲਜ ਵਧੀਆ, ਬਸ ਨਵਾਂ ਸਮੈਸਟਰ ਸਟਾਰਟ ਹੋਣ ਲੱਗਿਆ। ਚੱਲ ਵਧੀਆ, ਧਿਆਨ ਨਾਲ ਪੜ੍ਹਾਈ ਕਰੀ, ਚੱਲ ਦੇਖ ਲਾ ਮਸਾਂ ਟਾਈਮ ਲਿਆਂਦਾ ਰੱਬ ਨੇ। ਬਸ ਨਾ ਹੁਣ ਛੇਤੀ ਛੇਤੀ ਪੱਕਾ ਹੋ ਜਾ, ਫਿਰ ਅਸੀਂ ਵੀ ਇੱਥੇ ਤੇਰੇ ਕੋਲ ਹੀ ਆ ਜਾਂਦੇ। ਚੱਲ ਚੰਗਾ, ਮੈਂ ਕੰਮ ਕਰ ਲਾਂ, ਠੀਕ ਆ? ਫੇਰ ਕਰਦੇ ਹਾਂ ਅਸੀਂ, ਖਾ ਪੀ ਲਈਏ ਹੁਣ। ਚੱਲ ਚੰਗਾ ਪੁੱਤ, ਓਕੇ ਬਾਏ, ਖਿਆਲ ਰੱਖੀ। ਚੱਲ ਠੀਕ ਆ। ਬਾਈ ਯਾਰ, ਜੇ ਤੈਨੂੰ ਪੈਸੇ ਚਾਹੀਦੇ ਆ ਤੂੰ ਮੇਰੇ ਤੋਂ ਲੈ ਲਾ, ਮੇਰੇ ਕੋਲ ਜੀ ਆਈ ਸੀ ਪਈ ਆ। ਨਹੀਂ ਯਾਰ, ਕੱਲ ਨੂੰ ਆਈ ਜਾਣੀ ਚੱਕ, ਕੋਈ ਚੱਕਰ ਨਹੀਂ ਗਾ। ਸ਼ੋਰ ਆ? ਹਾਂ ਹਾਂ, ਕੋਈ ਚੱਕਰ ਨਹੀਂ। ਓਕੇ। ਨਿਖਿਲ, ਖਾਣ ਦਾ ਕਿਵੇਂ ਕਰਨਾ? ਮੈਗੀ ਬਣਾਈ ਕਿ ਰੋਟੀ? ਮੈਗੀ ਨਹੀਂ ਯਾਰ, ਰੋਟੀ ਖਾਂਦੇ ਹਾਂ, ਮੈਗੀ ਖਾ ਖਾ ਕੇ ਪਏ ਹਾਂ। ਰੋਟੀ ਲਈ ਪਤੰਦਰਾ ਗੁਰਦੁਆਰੇ ਜਾਣਾ ਪੈਣਾ। ਅੱਛਾ, ਐਤਕੀ ਵੀਰੋ ਆਪਾਂ ਦਸ਼ਮੇਸ਼ ਦਰਬਾਰ ਚੱਲਦੇ ਹਾਂ। ਉੱਥੇ ਕਿਉਂ? ਰਾਇਤਾ ਬਹੁਤ ਵਧੀਆ ਮਿਲਦਾ ਉੱਥੇ, ਲੋਰ ਪਾਲਾ ਕੱਚਾ ਰਹਿਣ ਦੇ। ਕੱਬੇ ਆ ਬਾਬੇ ਕੱਬੇ। ਠੰਡ ਠੁੰਡ ਕਿੰਨੀ ਕਾ ਹੈਗੀ ਆ? ਲੋਕ ਲਾ ਦੇ, ਠੀਕ ਆ? ਓਏ ਹਾਂ, ਇੱਕ ਮਿੰਟ ਫੋਨ ਚੱਕ ਲਾ। ਸਿੰਮੂ, ਆਈ ਦੀ ਠੀਕ ਆ ਤੂੰ? ਹਾਂਜੀ ਦੀ। ਕੀ ਹੋਇਆ ਤੈਨੂੰ? ਹਾਂਜੀ ਦੀ, ਕੁਛ ਨਹੀਂ ਹੋਇਆ ਦੀ। ਤੇ ਤੁਸੀਂ ਮੇਰਾ ਰੈੱਡ ਟੌਪ ਦੇਖਿਆ ਕਿਤੇ? ਮਿਲ ਹੀ ਨਹੀਂ ਰਿਹਾ। ਨਹੀਂ, ਦੇਖਿਆ ਨਹੀਂ। ਸਿੰਮੂ। ਹਾਂਜੀ ਦੀ। ਇੱਧਰ ਆ, ਇੱਥੇ ਆ ਜਾ, ਇੱਥੇ ਬਹਿ ਜਾ। ਹਾਂਜੀ ਦੀ। ਹੁਣ ਦੱਸ ਕੀ ਹੋਇਆ? ਦੀ ਕੁਛ ਨਹੀਂ ਹੋਇਆ। ਫਿਰ ਤੂੰ ਰੋਈ ਕਿਉਂ ਜਾਂਦੀ ਸੀ ਪਹਿਲਾਂ? ਦੀ ਨਹੀਂ, ਮੈਂ ਕਿੱਥੇ ਰੋ ਰਹੀ ਸੀ? ਮੈਨੂੰ ਝੂਠ ਬੋਲੇਂਗੀ ਹੁਣ ਤੂੰ? ਦੀ ਸੱਚੀ ਕੁਛ ਨਹੀਂ ਹੋਇਆ।
ਤੇਰੀ ਫੈਮਿਲੀ ਸਾਰੇ ਠੀਕ ਹੈ ਨਾ? ਦੱਸਦਾ ਸੀ ਕੀ ਹੋਇਆ, ਕੀ ਹੋਇਆ ਦੱਸਦਾ ਸੀ? ਦੀ ਮੇਰੇ ਕੋਲ ਫੀਸ ਟਿਊਆ ਤੇ ਪਾਪਾ ਤੋਂ ਪੈਸੇ ਹੋਏ ਨਹੀਂ, ਤੇ ਜੇ ਮੈਂ ਕੱਲ ਫੀਸ ਨਾ ਦਿੱਤੀ ਮੇਰਾ ਨਾਂ ਕੱਟਿਆ ਜਾਊਗਾ। ਇਹ ਚਰਾਉਣੇ ਵਾਲੀ ਕਿਹੜੀ ਗੱਲ ਆ ਫਿਰ, ਕਿੰਨੀ ਹੈ ਤੇਰੀ ਫੀਸ? ਬਾਕੀ ਮੈਂ ਕਰ ਲਏ ਸੀ 1500 ਕੱਟਦਾ, ਮੈਨੂੰ ਸੱਚੀ ਨਹੀਂ ਪਤਾ ਮੈਂ ਕੀ ਕਰਾਂ। ਪਹਿਲਾਂ ਰੋਣਾ ਬੰਦ ਕਰ, ਆਪਾਂ ਕਰਦੇ ਹਾਂ। ਸੱਤ 800 ਤਾਂ ਮੇਰੇ ਕੋਲ ਹੀ ਹੈਗਾ ਆ, ਬਾਕੀ ਕ੍ਰਿਸ਼ਮਾ ਕ੍ਰਿਸ਼ਮਾ ਆਈ ਟੈਨਸ਼ਨ ਨਹੀਂ ਲੈ, ਠੀਕ ਹੈ ਨਾ? ਕਰਦੀ ਹਾਂ। ਕੀ ਹੋਇਆ? ਸਿੰਮੂ ਦੀ ਨਾ ਕੱਲ ਫੀਸ ਡੀ ਹੋਆ ਤੇ 1500 ਘੱਟਦਾ, ਹੈਲਪ ਚਾਹੀਦੀ ਆ। ਕਰੇਂਗੀ ਨਾ? 500 ਪੜਿਆ ਕੈਸ਼, ਚੱਲੇਗਾ? ਦੌੜੇਗਾ। ਹੋ ਗਏ ਨਾ, ਬਾਕੀ ਵੀ ਕਰ ਦੂੰਗੀ ਕੱਲ ਸਵੇਰ ਤੱਕ। ਰੋਣਾ ਬੰਦ ਕਰ ਹੁਣ। ਥੈਂਕ ਯੂ ਦੀ, ਥੈਂਕ ਯੂ ਦੀ, ਥੈਂਕ ਯੂ ਸੋ ਮੱਚ। ਚੱਲ ਸੌ ਜਾ ਹੁਣ ਜਾ ਕੇ। ਚੱਲ ਥੈਂਕ ਯੂ ਦੀ। We have a deal for 30. Where's the rest of it? Yeah, 10 pound ready to go. Fuck you, man. Fuck you. What's wrong with you, man? So what? Why the fuck are you even here then, motherfucker? Fuck you, bro. Let me handle it. I'm fucking scared in my face. Why not you come here, you piece of shit? Get the fuck out of the way, Charlie. Scared in my face now, bitch. Hey. No. You out of your mind? No, what are you doing, man? You fucking shoot him. You're out of your mind. We're all gonna go to jail, man. We're not fucking going to jail, bro. fucking little bitch. You gotta get out of here. You gotta get out of here. Come on, Charlie. The cops are coming. Come on, get in the car, bro. You're out of your mind. Fuck you, man. Fuck you. Shoot him.
Come on, get in the car, bro. Get the fuck out of the way, Charlie. I'm going to jail, man. Fucking jail, bro. You're out of your mind. I'm fucking saying in my face. ਹੈਲੋ, ਕੀ ਹਾਲ ਆ ਬਰੋ? ਵਧੀਆ ਵੀਰੇ, ਤੂੰ ਸੁਣਾ ਕਿੱਦਾਂ? ਵਧੀਆ ਵਧੀਆ ਮੈਂ ਵੀ। ਅੱਛਾ, ਮੈਂ ਤੈਨੂੰ ਕਹਿਣਾ ਸੀ, ਮੈਂ ਨਾ ਕੰਮ 'ਤੇ ਆ ਗਿਆ ਸੀ ਅਤੇ ਮੈਂ ਚੌਲ ਅਤੇ ਕੜੀ ਫਰਿੱਜ ਰੱਖਤੇ ਸੀ, ਤੂੰ ਖਾ ਲਈ ਜਦੋਂ ਭੁੱਖ ਲੱਗੀ। ਚੱਲ ਕੋਈ ਨਾ, ਉਹ ਰਾਤ ਨੂੰ ਖਾ ਲੂੰ ਮੈਂ, ਹੁਣ ਮੈਂ ਮੈਗੀ ਬਣਾ ਲਈ ਸੀ। ਚੱਲ ਕੋਈ ਨਾ, ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਨੂੰ ਫੋਨ ਕਰ ਲਈ। ਓਕੇ ਓਕੇ, ਬਸ ਠੀਕ ਆ, ਥੈਂਕ ਯੂ ਵੀਰੇ। ਓਕੇ ਓਕੇ। ਫਤਿਹ, ਆਪਣਾ ਇਹ ਆ ਸੀਰਤ ਅਤੇ ਜਾ ਵਾਸਤੇ ਆਈ ਆ, ਅਤੇ ਸੀਰਤ ਇਹ ਆ ਫਤਿਹ ਮੇਰੇ ਪੁੱਤਾਂ ਤੋਂ ਵੀ ਵੱਧ ਕੇ, ਅਤੇ ਇਹਨੂੰ ਸਾਰਾ ਕੰਮ ਦਿਖਾ ਦੇ ਅਤੇ ਇਹਨੂੰ ਜਾਣ ਲੱਗੇ ਇਹਨੂੰ ਸਕੈਜੂਲ ਦੇ ਦੀ। ਠੀਕ, ਅਤੇ ਕੱਲ੍ਹ ਤੋਂ ਕੰਮ ਸ਼ੁਰੂ ਕਰਨਾ ਇਹਨੇ। ਠੀਕ ਹੈ ਜੀ, ਓਕੇ। ਇੱਕ ਮਿੰਟ ਆ ਜਾਓ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਇੱਥੇ? ਥੋੜ੍ਹੇ ਕੁ ਦਿਨ ਹੀ ਹੋਏ ਆ। ਓਕੇ, ਨਾਮ ਕੀ ਦੱਸਦੇ? ਸੀਰਤ। ਸੀਰਤ, ਓਕੇ। ਸੀਰਤ, ਆਪਣਾ ਸਟੋਵ 'ਤੇ ਓਵਨ ਵਗੈਰਾ ਆ ਗਿਆ, ਠੀਕ ਹੈ, ਅਤੇ ਆਪਣਾ ਫਰਾਇਰ ਆ ਗਿਆ, ਅਤੇ ਇਹਦੇ ਵਿੱਚ ਆਪਣੇ ਜਿਵੇਂ ਕੜੀਜ਼ ਵਗੈਰਾ, ਉਹ ਸਾਰਾ ਕੁਛ ਨਾ ਉਹ ਇਹਦੇ ਵਿੱਚ ਹੁੰਦਾ ਵਾ। ਓਕੇ, ਆ ਮਸਾਲੇ ਪਏ ਇੱਧਰ, ਠੀਕ, ਆ ਜਾਓ, ਤੁਹਾਨੂੰ ਅੱਗੇ ਦਿਖਾ ਦੇਣਾ। ਤੁਸੀਂ ਸਟੂਡੈਂਟ ਹੀ ਹੋ? ਮੈਂ, ਹਾਂਜੀ। ਤੁਸੀਂ? ਮੈਂ ਵੀ ਸਟੂਡੈਂਟ ਹੀ ਹਾਂ। ਓਕੇ, ਸਿਰ ਪਿੰਡ ਕਿਹੜਾ ਤੁਹਾਡਾ? ਮੈਂ ਜਲੰਧਰ ਤੋਂ। ਖਾਸ? ਹਾਂਜੀ। ਤੁਸੀਂ ਕਿਹੜੇ ਪਿੰਡ ਤੋਂ? ਮੈਂ ਕੌਂਕਿਆਂ ਤੋਂ। ਵੀਤ ਦੇ ਕੌਂਕੇ? ਹਾਂਜੀ। ਤੁਸੀਂ ਵੀਤ ਦੇ ਪਿੰਡ ਤੋਂ? ਹਾਂ। ਮੈਂ ਵੀਤ ਦੀ ਬਹੁਤ ਵੱਡੀ ਫੈਨ ਹਾਂ। ਤੁਸੀਂ ਪਲੀਜ਼ ਮਿਲਾ ਸਕਦੇ ਹੋ ਉਹਨਾਂ ਨਾਲ? ਮੈਂ ਟਰਾਈ ਕਰ ਲੂੰਗਾ, ਪਰ ਦੇਖ ਲਓ। ਮੈਂ ਕੋਈ ਨਾ, ਕੋਈ ਗੱਲ ਨਹੀਂ, ਮਿਲਾ ਦਾਂਗੇ। ਥੈਂਕ ਯੂ। ਕੋਈ ਚੱਕਰ ਨਹੀਂ। ਓਕੇ ਸਰ, ਤੁਹਾਡਾ ਡੇ ਕਿਹੜਾ ਕਿਹੜਾ ਆਫ ਹੁੰਦਾ ਵਾ? ਸੈਟਰਡੇ, ਫਰਾਈਡੇ ਅਤੇ ਥਰਸਡੇ। ਓਕੇ ਓਕੇ, ਫਿਰ ਇੱਦਾਂ ਕਰਦੇ ਹਾਂ, ਮੈਂ ਤੁਹਾਡੀ ਪਰਸੋਂ ਸ਼ਿਫਟ ਪਾ ਦਿੰਦਾ ਵਾਂ, ਠੀਕ ਆ? ਪਹਿਲਾਂ ਤੁਹਾਡੀ ਟ੍ਰੇਨਿੰਗ ਹੋਊਗੀ, ਦੈਨ ਆਪਾਂ ਹੌਲੀ ਹੌਲੀ ਸਟਾਰਟ ਕਰ ਦਾਂਗੇ। ਸਹੀ ਆ। ਆਹ ਟ੍ਰੇਨਿੰਗ ਤੁਹਾਡੀ ਪੇਡ ਹੋਊਗੀ, ਠੀਕ ਹੈ ਜੀ? ਠੀਕ ਹੈ। ਓਕੇ ਓਕੇ, ਆ ਜਾਓ, ਇੱਧਰ ਦਿਖਾ ਦੇਣਾ ਤੁਹਾਨੂੰ ਜਿਹੜਾ ਆਪਣਾ। ਓ ਬਚ ਕੇ ਰਿਹਾ ਕਰ ਤੂੰ, ਨਖਰੋ ਨੀ ਕੋਈ ਹੱਥ ਵੇਰ ਜੂ ਤੇਰੇ ਦੇ। ਓ ਤੇਰਾ ਭਲਾ ਹੋ ਜੇ। ਹਾਂ, ਕਿਵੇਂ ਆ ਭਾਈ? ਵਧੀਆ ਵੀਰੇ, ਤੁਸੀਂ ਸੁਣਾਓ ਕਿਵੇਂ ਹੋ? ਵਧੀਆ ਵਧੀਆ ਵਧੀਆ, ਆਪਣਾ ਸੁਣਾ, ਕਿਵੇਂ ਯਾਦ ਕੀਤਾ? ਕੁਛ ਨੀ ਵੀਰੇ, ਮੈਂ ਨਾ ਉਹ ਗੱਲ ਕਰਨੀ ਸੀ, ਮੈਂ ਕਹਿੰਦਾ ਸੀ ਨਾ ਉਹ ਕੱਲ ਚਾਰਲੀ ਦਾ ਬਰਥਡੇ ਆ। ਓ ਅੱਛਾ। ਹਾਂਜੀ ਹਾਂਜੀ, ਤੇ ਰਾਤ ਨੂੰ ਮੈਂ ਕਹਿੰਦਾ ਸੀ ਸਰਪ੍ਰਾਈਜ਼ ਕਰ ਦਈਏ ਉਹਨੂੰ ਆਪਾਂ। ਹਾਂ ਹਾਂ ਜ਼ਰੂਰ ਯਾਰ, ਗੱਲ ਕੀ ਆ? ਤੂੰ ਦੱਸ ਕੀ ਕਰਨਾ? ਕੁਛ ਨੀ, ਆਪਾਂ ਕੇਕ ਲੈ ਜਾਂਗੇ ਬਸ। ਠੀਕ ਆ। ਹਾਂਜੀ ਹਾਂਜੀ, ਤੇ ਕੋਈ ਬੇਕਰੀ ਵਗੈਰਾ ਪਤਾ ਨੇੜੇ ਤੇੜੇ? ਹਾਂ ਹਾਂ ਹੈਗੇ ਆਪਣੇ ਉਹ ਵੈਜੀਟੇਰੀਅਨ ਡਿਲਾਈਟ ਵਾਲੇ। ਤੂੰ ਕੇਕ ਦੱਸ ਕਿਹੜਾ ਬਣਵਾਉਣਾ? ਵਨੀਲਾ ਕਰ ਲਿਓ ਵੀਰੇ। ਹਾਂ ਹਾਂ ਠੀਕ ਆ, ਕਰ ਲੈਂਦੇ ਹਾਂ। ਤੂੰ ਹੋਰ ਦੱਸ ਜੇ ਕੁਛ ਚਾਹੀਦਾ ਆਪਾਂ ਨੂੰ ਤਾਂ? ਹੋਰ ਵੀਰੇ, ਮੋਮਬੱਤੀਆਂ ਦੇਖ ਲਿਓ ਜੇ ਉਹ ਮਿਲਦੀਆਂ। ਬਸ ਠੀਕ ਆ, ਕੋਈ ਨਹੀਂ, ਆਪਾਂ ਕਰ ਲੈਣਾ ਸਾਰਾ ਕੁਛ। ਤੂੰ
ਤੂੰ ਸ਼ਾਮ ਨੂੰ ਰੈਡੀ ਰਹੀ, ਤੈਨੂੰ ਅਸੀਂ ਚੱਕ ਲਵਾਂਗੇ, ਠੀਕ ਆ? ਓਕੇ 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 ਵੀਰੇ, ਮੈਨੂੰ ਨਾ ਇੱਕ ਵਾਰੀ ਕਾਲ ਕਰ ਦੇ ਆਉਣ ਤੋਂ ਪਹਿਲਾਂ, ਮੈਂ ਰੈਡੀ ਰਹੂੰਗਾ ਕੋਈ ਨਾ। ਠੀਕ ਹੈ ਫਿਰ, ਓਕੇ ਓਕੇ ਵੀਰੇ, ਥੈਂਕ ਯੂ ਸੋ ਮੱਚ। ਠੀਕ ਆ ਕੋਈ ਗੱਲ ਨਹੀਂ, ਓਕੇ ਬਾਏ, ਮਿਲਦੇ ਹਾਂ। ਥੈਂਕ ਯੂ ਸੋ ਮੱਚ ਯਾਰ ਮੇਰੀ ਹੈਲਪ ਕਰਨ ਲਈ, ਮੈਂ ਤੈਨੂੰ ਜਲਦੀ ਵਾਪਸ ਮੋੜ ਕੇ। ਅਰੇ ਮੰਗੇ ਤੇਰੇ ਸੇ ਪੈਸੇ, ਜਬ ਮੋੜਨੇ ਹੋਏ ਮੋੜ ਦਿਓ, ਕਿ ਇਹ ਬਾਤ ਹੈ, ਟੈਨਸ਼ਨ ਮਤ ਲੈ। ਥੈਂਕ ਯੂ ਯਾਰ। ਯਾਰ ਜੋ ਵੀ ਹੈ, ਪੰਜਾਬ ਹਰਿਆਣਾ ਹੈ ਤੋ ਇਹ ਕੀ ਨਾ, ਹੈ ਤੋ ਬਾਈ ਬਾਈ ਨਾ, ਬਸ ਫਿਰ ਚੱਲ। ਹੋਰ ਸੁਣਾ ਫਿਰ, ਬਸ ਇੱਧਰ ਨੂੰ ਹੋ ਜਾ। ਠੀਕ ਹੈ ਸਭ, ਚੱਲ ਤੇਰੀ ਫੀਸ ਕੀ ਵੀ ਯਾਰ, ਟੈਨਸ਼ਨ ਖਤਮ ਹੋਈ ਆ ਅੱਜ। ਥੈਂਕ ਯੂ ਸੋ ਮੱਚ ਫਤਿਹ ਮੈਨੂੰ ਛੱਡਣ ਲਈ। ਕੋਈ ਨਾ, ਓਕੇ ਗੁੱਡ ਨਾਈਟ। ਸੀਰਤ, ਹਾਂਜੀ, ਖਿਆਲ ਰੱਖੀ ਠੀਕ ਆ? ਓਕੇ, ਸਕੇਜੂਲ ਚੈੱਕ ਲੈ। ਹਾਂਜੀ, ਮਿਲਦੇ ਹਾਂ, ਚੱਲ। ਓਕੇ ਬਾਏ। ਹਾਂਜੀ, ਯਾਰ ਆਈ ਨੋ ਅਸੀਂ ਮਿਲਣਾ ਸੀ, ਬਟ ਮੇਰਾ ਬਹੁਤ ਜ਼ਿਆਦਾ ਹੈਡੇਕ ਹੋ ਰਿਹਾ। ਆਈ ਐਮ ਨੋਟ ਸੋ ਸ਼ੋਰ। ਯਾਰ ਤੁਸੀਂ ਤਾਂ ਇੱਦਾਂ ਕਹਿੰਦੇ ਜਿੱਦਾਂ ਆਪਾਂ ਕਦੀ ਮਿਲੇ ਹੀ ਨਹੀਂ। ਵਾਈ ਡੋਂਟ ਯੂ ਟਰਾਈ ਟੂ ਅੰਡਰਸਟੈਂਡ? ਆਈ ਨੋ ਯੂ ਨੋ ਵਾਟ ਬੇਬੀ, ਆਈ ਨੋ। ਓਕੇ ਬੇਬ, ਮੈਂ ਬਾਅਦ 'ਚ ਗੱਲ ਕਰਦੀ ਹਾਂ, ਮੇਰੀ ਰੂਮਮੇਟ ਆ ਗਈ ਹੈ, ਸੋ ਆਈ ਗਾਟਾ ਗੋ। ਯਾ, ਆਈਲ ਕਾਲ ਯੂ, ਬਾਏ। ਇਡੀਅਟ। ਕੌਣ ਸੀ? ਐਵੇਂ ਬਸ ਛੱਡ। ਕੀ ਹੋਇਆ, ਹੁਣ ਜਾਣਾ ਨਹੀਂ? ਪਾਗਲ ਹੋ ਗਈ ਹੈ? ਇੱਦਾਂ ਤੈਨੂੰ ਮੈਂ ਕਦੀ ਮੂੰਹ ਨਾ ਲਾਵਾਂ, ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਨਾਲੇ ਇਹ ਵੀ ਬੇਚਾਰੇ ਕਮਲੇ ਪਤਾ ਨਹੀਂ ਕੀ ਕੁਛ ਆਸਣ ਲਈ ਬੈਠੇ ਹੋਣੇ ਨੇ। ਸਹੀ ਗਿਆ, ਕਮਾਲ ਹੀ ਹੈ, ਇੱਦਾਂ ਹੀ ਆ। ਐਨੀਵੇਜ਼, ਸੀਰਤ ਇੱਕ ਮਿੰਟ ਮੇਰੀ ਗੱਲ ਸੁਣੇਗੀ? ਇੱਧਰ ਆ।
Have a seat. ਹਾਂਜੀ ਤੈਨੂੰ ਯਾਦ ਆ ਉਸ ਦਿਨ ਸਾਨੂੰ ਕਾਲਜ 'ਚ ਇੱਕ ਮੁੰਡਾ ਮਿਲਿਆ ਸੀ? ਕੌਣ? ਉਹੀ ਸੋਹਣਾ ਜਿਹਾ। ਉਹ ਲੰਬਾ ਜਿਹਾ? ਹਾਂ, ਹੀ ਰੀਅਲੀ ਲਾਈਕਸ ਯੂ। ਮੈਨੂੰ? ਯਾਰ ਤੇਰੇ ਨਾਲ ਗੱਲ ਕਰ ਰਹੀ ਹਾਂ, ਤੈਨੂੰ ਹੀ ਕਰੂਗਾ। ਜਦੋਂ ਦਾ ਤੈਨੂੰ ਦੇਖਿਆ ਹੀ ਇਸ ਗੋਨ ਕਰੇਜ਼ੀ ਫੋਰ ਯੂ। ਮੇਰੀਆਂ ਇੰਨੀਆਂ ਮਿੰਨਤਾਂ ਕਰ ਰਿਹਾ ਕਿ ਬਸ ਮੇਰੀ ਗੱਲ ਕਰਵਾ ਦਿਉ, ਮੈਂ ਉਹਨਾਂ ਰਹਿਣਾ ਚਾਹੁੰਦਾ ਹਾਂ। ਦਿਸ ਇਨ ਦੈਟ, ਵੇਟ ਕਰ, ਆ ਦੇਖ ਮੇਰਾ ਵਟਸਐਪ। ਹਰ ਜਗ੍ਹਾ ਬਸ ਤੇਰੀਆਂ ਹੀ ਗੱਲਾਂ ਹੋ ਰਹੀਆਂ ਨੇ। ਦੇਖ, ਹਰ ਜਗ੍ਹਾ ਉਹਨੇ ਇਹੀ ਲਿਖਿਆ, ਹਾਓ ਮੱਚ ਹੀ ਲਾਈਕਸ ਯੂ, ਹਾਓ ਮੱਚ ਹੀ ਲਵਸ ਯੂ, ਕਿ ਤੇਰੀ ਕਿੰਨੀ ਕੇਅਰ ਕਰੂਗਾ। ਤੂੰ ਮੇਰੀ ਗੱਲ ਮੰਨ, ਇੱਕ ਵਾਰ ਉਹਨਾਂ ਗੱਲ ਕਰਕੇ ਦੇਖ ਲੈ। ਨਹੀਂ ਦੀ, ਮੈਂ ਤਾਂ ਉਹਦਾ ਕੁਛ ਨਹੀਂ ਕਰਨਾ। ਘਰਦਿਆਂ ਨੂੰ ਪਤਾ ਲੱਗ ਗਿਆ ਨਾ, ਮਾਰ ਦੇਣਗੇ ਮੈਨੂੰ। ਕੀ ਹੋ ਗਿਆ ਤੈਨੂੰ? ਕੈਨੇਡਾ 'ਚ ਰਹਿੰਦੀ ਹੈ ਤੂੰ, ਇੱਥੇ ਸਭ ਚੱਲਦਾ। ਪਰ ਫਿਰ ਵੀ ਦੀ, ਇਹ ਗਲਤ ਆ। ਮਾਈ ਗੋਡ, ਕੀ ਗਲਤ ਹੈ ਇਹਦੇ 'ਚ? ਨਾਲੇ ਮੈਂ ਕਿਹੜਾ ਤੈਨੂੰ ਕਿਹਾ ਕਿ ਉਹਨਾਂ ਰਿਲੇਸ਼ਨ 'ਚ ਆ, ਫਰੈਂਡਸ਼ਿਪ ਤਾਂ ਕਰ ਹੀ ਸਕਦੀ ਹੈ। ਨਾਲੇ ਉਹ ਨਹੀਂ ਤਾਂ ਕਿਸੇ ਨਾ ਕਿਸੇ ਨਾਲ ਤਾਂ ਤੂੰ ਰਹੇਂਗੀ, ਡੇਟ ਤਾਂ ਕਰੇਂਗੀ। ਕੀ ਮਾੜਾ ਹੈ? ਇੰਨਾ ਸੋਹਣਾ ਮੁੰਡਾ, ਇੰਨਾ ਕੇਅਰਿੰਗ, ਇੱਥੇ ਇਹ ਸਭ ਇੰਨੀ ਈਜ਼ੀਲੀ ਨਹੀਂ ਮਿਲਦਾ। ਤੂੰ ਮੇਰੀ ਮਨ, ਇੱਕ ਵਾਰ ਗੱਲ ਕਰ ਲੈ। ਬਸ ਕਰੋ ਦੀ, ਤੁਸੀਂ ਛੱਡੋ, ਮੈਂ ਚੱਲੀ ਹਾਂ ਸ਼ਾਵਰ ਲੈਣ। ਯਾਰ ਨੇ, ਬਿਊਟੀਫੁਲ ਡਾਰਲਿੰਗ, ਹਾਊ ਆਰ ਯੂ? ਦੇਖੋ ਮੈਮ, ਨਿਊ ਆਈਫੋਨ ਮੈਂ ਹਮ ਤੇਰੀ ਸੈਕਸੀ ਸੈਕਸੀ ਸੀ ਫੋਟੋਜ਼ ਖਿੱਚਾਂਗੇ, ਪਿਆਰੀ ਪਿਆਰੀ ਸੀ ਫੋਟੋਜ਼ ਖਿੱਚਾਂਗੇ ਹਮ ਦੋਨੋਂ ਕੀ। ਬਸ ਕਰ ਯਾਰ, ਯਾਦ ਆ, ਯਾਦ ਆ, ਯਾਦ ਆ, ਉਹ ਵੀ ਚੀਜ਼ਾਂ ਭੁੱਲ ਜਾਣਗੀਆਂ ਤੇ ਸਾਲੀਆਂ। ਸਹੀ ਗੱਲ ਆ ਯਾਰ, ਉਹ ਟਾਈਮ ਉਹੀ ਸੀ ਨਾ, ਉਹ ਟਾਈਮ ਕਾਹਨੂੰ ਭੁੱਲਦਾ। ਚੱਲ ਹੋਰ ਦੱਸ, ਕੀ ਕਰੀ ਜਾਂਦਾ ਸੀ? ਮੈਂ ਕੁਛ ਨੀ, ਬਸ ਘਰੇ ਚੱਲਿਆ ਵਾ। ਅੱਧੀ ਰਾਤ ਲੇਟ ਨੀ ਹੋ ਗਿਆ? ਹਾਂ ਹੀ ਆ, ਬਸ ਅੱਜ ਓਵਰ ਟਾਈਮ ਜਿਹਾ ਲੱਤ ਸੀ ਯਾਰ। ਯਾਰ ਤੁਹਾਡਾ ਵੀ ਔਖਾ ਹੈ ਨਾ, ਜਦੋਂ ਮਰਜ਼ੀ ਦੇ ਲਈ ਕੰਮ ਹੀ ਕੰਮ, ਕੰਮ ਹੀ ਕੰਮ, ਜਦੋਂ ਮਰਜ਼ੀ ਲੈ ਫੋਨ ਲਾਇਆ ਹੁੰਦਾ, ਕੰਮ ਤੇ ਚੱਲਿਆ, ਕੰਮ ਤੋਂ ਆਇਆ, ਕੰਮ ਹੀ ਕੰਮ, ਕੰਮ ਹੀ ਕੰਮ। ਮਿਹਨਤਾਂ ਤੁਹਾਡੀਆਂ ਭਰਾਵਾ, ਔਖਾ ਯਾਰ। ਚੱਲ ਪਿੰਡ ਦਾ ਕੀ ਹਾਲ ਆ? ਪਿੰਡ ਦਾ ਬਸ ਚੱਲੀ ਜਾਂਦਾ ਯਾਰ, ਫਤਿਹ ਉਹੀ ਲੱਗੀ ਆ। ਕੈਨੇਡਾ ਹਾਏ, ਕੈਨੇਡਾ ਹਾਏ, ਕੈਨੇਡਾ ਪਹੁੰਚ ਗਏ, ਬਸ ਲੱਗੀ ਆ ਦੌੜ ਕੈਨੇਡਾ ਨੂੰ। ਸੁੱਖਾ ਸੀ, ਸੁੱਖੇ ਦੇ ਵੀ ਨਹੀਂ ਬੈਂਡ ਆਏ। ਸੁੱਖੇ ਨੇ 2-3 ਵਾਰੀ ਆਈਲੈਟਸ ਕਰ ਲਈ, ਆਖੇ ਤਾਂ ਵੀ ਨਹੀਂ ਬੈਂਡ ਆਏਗੇ। ਗੈਰੀ ਦੀ ਵੀ ਓਏ ਰਿਫਿਊਜ਼ਲ ਆ ਗਈ ਓਏ। ਉਹ ਅੱਛਾ, ਗੱਲ ਤਾਂ ਸੁਣ ਇੱਕ। ਹਾਂ ਹਾਂ ਦੱਸ ਦੱਸ ਦੱਸ। ਮੈਨੂੰ ਨਾ ਅੱਜ ਕੁੜੀ ਮਿਲੀ ਸੀ ਕੰਮ ਤੇ। ਐਹੈਂ ਲਟਕੀ ਕੀ ਕਹਿੰਦੀ? ਉਹ ਭਰਾਵਾ ਸੁਣ ਤਾ ਲੈ, ਉਹ ਨਾ ਆਪਦੀ ਛੱਡੀ ਆਇਆ ਕਰ, ਸੁਣ ਲੈ ਪਹਿਲਾਂ ਮੇਰੀ ਵੀ। ਦੱਸ ਪਤਾ ਨੀ ਗਾ ਤੂੰ ਯਾਰ, ਬੜੀ ਨਾ ਨਿਰਮਲਾ ਕਿਊਟ ਜੀ ਆ, ਮਸੂਮ ਜੀ। ਅੱਛਾ ਮਸੂਮ ਹੈ, ਨਾਲੇ ਇੱਧਰ ਲਈ। ਉਹ ਤੈਨੂੰ ਬੜਾ ਪਤਾ? ਨਾ ਨਾ ਮੈਨੂੰ ਕਿੱਥੇ ਪਤਾ, ਤੈਨੂੰ ਪਤਾ, ਤੂੰ ਦੱਸ ਕਿਵੇਂ? ਜਿਵੇਂ ਨਾ ਅੰਦਰ ਸਾਲਾ
ਹੋਰ ਕੁਝ ਹੋਈ ਜਾਂਦਾ ਯਾਰ, ਸਮਝ ਨਹੀਂ ਲੱਗਦੀ ਕੀ ਕਰਾਂ। ਉਹ ਕੁੜੀ ਚਿੜੀ ਨੂੰ ਦੇਖ ਕੇ ਹੁੰਦਾ ਹੀ ਹੁੰਦਾ, ਮੈਨੂੰ ਵੀ ਹੁੰਦਾ ਹੁੰਦਾ। ਤੂੰ ਐਂ ਦੱਸ, ਕੋਈ ਗੱਲਬਾਤ ਹੋਈ? ਉਹ ਕਿਹਾ ਕੁਛ? ਉਹ ਨਹੀਂ ਕਹਿਣਾ ਤਾਂ ਕਿਸੇ ਤਾਂ ਪਹਿਲਾ ਦਿਨ ਸੀ ਯਾਰ। ਪਹਿਲੇ ਦਿਨ ਦਾ ਤਾਂ ਸਾਰਾ ਕਮਾਲ ਹੁੰਦਾ, ਪਹਿਲਾ ਦਿਨ ਸੀ। ਤੂੰ ਮੇਰੀ ਸੁਣ ਗੱਲ, ਹੁਣ ਕੱਲ ਉਹਨੂੰ ਮਿਲ, ਮਿਲ ਕੇ ਸਿੱਧਾ ਠੋਕ ਉਹਦੇ ਗਿੱਟਿਆਂ 'ਚ ਭਰਪੋਜ। ਉਹ ਜਾ ਤੂੰ ਸਲੈ ਛਿੱਤਰ ਪਾਏ ਤੂੰ ਮੇਰੇ। ਨਾ ਛਿੱਤਰ ਯਾਰ ਪੈਣਗੇ ਤੇਰੇ, ਛਿੱਤਰ ਕਿਤੇ ਪਹਿਲੀ ਵਾਰੀ ਪੈਣੇ ਆ। ਤੂੰ ਹੋਰ ਦੱਸ, ਉਵੇਂ ਤਾਂ ਨਹੀਂ ਲੱਗਦੀ ਮਤਲਬ ਪੈਸੇ ਪੂਸੇ ਖਾਣ ਵਾਲੀ? ਨਹੀਂ ਯਾਰ, ਐਵੇਂ ਦੀ ਲੱਗਦੀ ਤਾਂ ਹੈ ਨਹੀਂ। ਐਵੇਂ ਦੀ ਲੱਗਦੀ ਨਹੀਂ ਤੈਨੂੰ, ਤੂੰ ਹੈ ਅੰਨਾ ਹੁਣ, ਤੈਨੂੰ ਕੁਛ ਹੋਰ ਹੀ ਦਿੰਦਾ। ਚੱਲ ਹੁਣ ਦੇਖ ਕੋਈ ਸਲਾਹ ਕਿਵੇਂ ਕਰੀਏ ਫਿਰ। ਯਾਰ ਫਤਿਹ ਫਰੀ ਦੀਆਂ ਸਲਾਹਾਂ ਕਾਹਨੂੰ ਮਿਲਦੀਆਂ ਹੁੰਦੀਆਂ ਯਾਰ, ਤੈਨੂੰ ਪਤਾ ਤਾਂ ਹੈਗਾ ਅਸੀਂ ਹੈਗਾ ਯਾਰ ਗਰੀਬਾਂ ਦੀ। ਅਸੀਂ ਵੀ ਆ ਜਾਈਏ ਕੈਨੇਡਾ ਵਾਲੀ ਗਰੀਬਣੀ ਦੇ ਕੰਮ ਕਰਦੇ ਕੋਈ ਹੱਲ। ਔਖਾ ਹੀ ਬੜਾ ਹੋਇਆ ਬਾਈ ਯਾਰ, ਭੈਣ ਚੋ ਸਾਲਾ ਘਰ ਵਸਿਆ ਨਹੀਂ ਮੰਗਤੇ ਪਹਿਲਾਂ। ਲੈ ਮੰਗਤਿਆਂ ਵਾਲੀ ਕਿਹੜੀ ਗੱਲ ਆ, ਕੰਮ ਹੀ ਬੜਾ ਔਖਾ ਹੋਇਆ ਪਿਆ ਯਾਰ। ਜਦੋਂ ਦੇਖੋ ਤੇਰੇ ਕੰਮ ਦਿਮਾਗ ਨੂੰ ਚੜਿਆ ਤਾਂ ਚੜਿਆ ਤੇ ਲਹਾ ਦੇ ਫਿਰ ਯਾਰ। ਤੂੰ ਦੱਸ ਫਿਰ ਕਿਵੇਂ ਕੀ ਕਰਾਂ ਮੈਂ? ਤੂੰ ਕਰ ਏਦਾਂ, ਮੇਰੀ ਸੁਣ ਸਹੀ ਗੱਲ। ਹਾਂ, ਉਹਨੂੰ ਨਾ ਵੱਧ ਤੋਂ ਵੱਧ ਬੋਲਣ ਦਾ ਮੌਕਾ ਦੇ, ਮਤਲਬ ਗੱਲਬਾਤ ਕਰ ਉਹਦੇ ਨਾਲ। ਮਤਲਬ ਉਹਦੇ ਨਾਲ ਗੱਲਬਾਤ, ਵੱਧ ਤੋਂ ਵੱਧ ਕਿਵੇਂ ਗੱਲਬਾਤ ਕਰ ਸਕਦਾ ਉਹਦੇ ਨਾਲ ਗੱਲਬਾਤ ਕਰ। ਉਹਦੀਆਂ ਸੁਣ, ਆਪਦਾ ਬਕੜਬਾ ਨਾ ਮਾਰਨ ਲੱਗ ਜੀ, ਆਪਦਾ ਦੇਣ ਲੱਗ ਜਾਏ ਭਾਸ਼ਣ। ਠੀਕ ਆ, ਉਹਦੀਆਂ ਸੁਣ, ਸੁਣ ਕੇ ਉਹਦੀਆਂ ਗੱਲਾਂ ਦੇ ਵਿੱਚੋਂ ਹੀ ਤੈਨੂੰ ਪਤਾ ਲੱਗ ਜਾਣਾ ਬਈ ਉਹਦਾ ਸੁਭਾਅ ਕਿੱਦਾਂ ਦਾ। ਜਦੋਂ ਉਹਦਾ ਸੁਭਾਅ ਪਤਾ ਲੱਗ ਗਿਆ ਬਈ ਸੁਭਾਅ ਕਿਵੇਂ ਆ, ਸਮਝ ਗਿਆ, ਫਿਰ ਸਮਝ ਲਾ ਵੀ ਗੱਡੀ ਲੈਣ 'ਤੇ ਆ, ਫਿਰ ਸਮਝ ਲਾ ਸਭ ਕੁਛ ਸੈੱਟ ਆ, ਉਹਦੀਆਂ ਤਾਰੀਫਾਂ ਕਰ ਵੱਧ ਤੋਂ ਵੱਧ। ਸਮਝ ਗਿਆ ਕਿ ਨਹੀਂ ਗੱਲ? ਡੈਡੀ ਜੀ, ਹਾਂਜੀ ਪੁੱਤ, ਮੰਮੀ ਬੁਲਾਉਂਦੇ ਆ। ਪੁੱਤ ਚਾਚਾ ਚੂਚਾ ਕਹਿ ਦਿਆ ਕਰ, ਜਦੋਂ ਫੋਨ ਆਇਆ ਹੋਵੇ ਚਾਚਾ ਕਿਆ ਕਰ। ਚੰਗਾ ਚੱਲ ਠੀਕ ਆ ਫਤਿਹ, ਕਰਦਾ ਤੈਨੂੰ ਮੈਂ ਓਕੇ। ਕਦੋਂ ਕਰੇਗਾ ਹੁਣ? ਉਹ ਯਾਰ ਕਰਦਾ ਮੈਂ, ਮੜਾ ਜਾ ਕੇ ਆਉਣਾ ਸੀ। ਹਰਮਨ ਨੀਗਾ ਪਤੰਦਰ ਦਵਾਈ ਪੀ ਗਿਆ ਯਾਰ। ਅੱਛਾ, ਉਹਨੂੰ ਕੀ ਹੋ ਗਿਆ? ਆਪ ਆਈਲੈਟਸ ਕੀਤੀ ਸੀ, ਆਪਦੇ ਬੈਂਡ ਨਹੀਂ ਆਏ ਗਏ, ਕੁੜੀ ਲੱਭੀ ਉਹ 'ਤੇ ਖਰਚਾ ਖੁਰਚਾ ਕਰਕੇ ਬਾਹਰ ਭੇਜੀ, ਉਹ ਵੀ ਪਤੰਦਰ ਬਾਹਰ ਜਾ ਕੇ ਫੁਰ ਹੋ ਗਈ, ਕਹਿਲਾ ਕਿਸੇ ਨੂੰ ਹੋਰ ਸੈਟਿੰਗ ਹੋ ਗਈ ਅਤੇ ਹੁਣ ਆ ਪਿਆ ਤੇਰੇ ਸਾਹਮਣੇ ਆ, ਆਹ ਹਾਲਾਤ ਆ ਯਾਰ ਇੱਧਰ। ਚੱਲ ਠੀਕ ਆ, ਜਾਇਆ ਤੂੰ ਕੋਈ ਨਾ, ਮੈਨੂੰ ਮੈਨੂੰ ਲਾ ਲਈ ਠੀਕ ਆ ਫੋਨ ਫਿਰ ਬਾਈ ਬਣਿਆ। ਹਾਂ 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 ਕਰਦਾ ਮੈਂ, ਕਰਦਿਆਂ ਫਿਰ ਸ਼ਾਮ ਨੂੰ ਕਰਾਂਗੇ ਯਾਰ ਤਕਰੀਬਨ, ਉੱਥੇ ਹੱਥ ਨਹੀਂ ਹੋਇਆ ਨਾ, ਸ਼ਾਮ ਨੂੰ ਕਰਾਂਗੇ ਫਿਰ ਗੱਲ। ਠੀਕ ਆ, ਓਕੇ, ਹਾਂ ਠੀਕ ਆ, ਓਕੇ। ਭੈਣ ਦੇ ਯਾਰ ਦਾ ਮੱਚ ਜਾ ਸਾਲਿਆ। ਉਹ ਯਾਰ ਹੌਲੀ ਬੋਲ। ਕੋਈ ਨੀ ਭੈਣ ਚੋ, ਹੌਲੀ ਨੂੰ ਮੈਂ ਇੱਥੇ ਸਾਲੇ ਦੇ ਲਕਾਰੇ ਮਾਰ ਰਿਹਾ। ਉਹ ਯਾਰ ਮੂੰਹ ਵਿੱਚ ਪਤਾ ਲੱਗ ਜਾਂਦਾ ਕੁੱਤਾ, ਉਹ ਸਵਾਦ ਤਾਂ ਅੱਜ ਨਾ ਯਾਰ ਤੇ ਨਾਲੇ ਉਂਗਲੀ ਚੱਟ। ਉਹ ਭੈਣ ਚੋ ਮੱਚ ਗਿਆ ਸਾਲਿਓ, ਹੌਲੀ ਬੋਲ ਭੈਣ ਕੁੱਤਾ, ਚਵਲ ਸਾਲਾ ਬਾਂਦਰ, ਕਿੱਥੋਂ ਪਸ਼ੂ ਨਾਲ ਰੱਖ ਲਿਆ ਨੂੰ ਭੈਣ ਚੋਦ ਕੁੱਤੇ ਨੇ। ਤੂੰ ਨਾ ਇੱਧਰ ਲਾ ਦੇ, ਜ਼ਿਆਦਾ ਨਾ ਬੋਲ, ਸਾਲੇ ਬਣੇ ਸਰਪੰਚੀ ਆ ਲੈ ਲਾ ਪਿੱਛੇ, ਤੂੰ ਲਾ ਲਾ ਹੋਇਆ, ਰੁਕ ਜਾ।
ਚਾਰਲੀ ਉੱਠ ਬਾਬੇ ਬਾਬੇ ਉਹ ਚਾਰਲੀ ਉੱਠ ਬਾਬੇ ਬਾਬੇ ਤੂੰ ਥਣ ਫੜਦਾ ਪਾਣੀ ਲੈ ਗਿਆ ਭੈਣ ਚੋਦਾ ਉੱਠ ਬਾਬੇ ਓਏ ਉਹ ਛੇਤੀ ਆ ਜਾ ਭੈਣ ਚੋਦਾ ਚਾਲੀਏ ਲੋਕ ਤੇ ਚਾਲੀਏ ਸੋਚ ਤੇ ਚਾਲੀਏ ਮਸਲਾ ਚਾਲੀਏ ਅਸਲਾ ਚਾਲੀ ਜ਼ਮਾਨਾ ਤੇ ਚਾਲੀਏ ਨਸਲਾ ਚਾਲੀ ਦੀ ਵਾਹ ਤੇ ਰਸ ਉੱਠ ਉੱਠ ਓਏ ਔਰ ਰੰਗੀਲੇ ਯਾਰ ਕੀ ਹੋ ਗਿਆ ਯਾਰ ਉੱਠ ਚਾਰਲੀ ਚਾਰਲੀ ਕੀ ਹੋ ਗਿਆ ਰੰਗੀਲੇ ਯਾਰ ਉਹ ਕੁਛ ਨਹੀਂ ਹੋਇਆ ਯਾਰ ਤੂੰ ਐਂਬੂਲੈਂਸ ਨੂੰ ਫੋਨ ਲਾ ਭੈਣ ਚੋ ਛੇਤੀ ਕਰ ਹਾਂ ਹਾਂ ਲੋ ਨਾ ਮੈਂ ਓ ਚਾਰਲੀ ਬਾਬੇ ਉੱਠ ਉੱਠ ਬਾਬੇ ਚਾਰਲੀ ਚਾਰਲੀ ਓਏ ਓ ਚਾਰਲੀ ਬਾਬੇ ਉੱਠ ਓਏ ਉੱਠ ਜਾ ਬਾਬੇ ਓਏ ਉੱਠ ਜਾ ਓਏ ਉੱਠ ਬਾਬੇ ਬਾਬੇ ਓਏ ਓ ਬਾਬੇ ਓਏ ਉੱਠ ਯਾਰ ਚਾਰਲੀ ਓਏ ਚਾਰਲੀ ਓਏ ਉੱਠ ਜਾ ਬਾਬੇ ਉੱਠ ਜਾ